ਹੈਲੋ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਵਿੱਚ। ਪੰਜਾਬ ਟੈਟ ਜੀ SST ਪੰਜਾਬੀ ਦਾ ਸੈਕਿੰਡ ਪਾਰਟ ਲੈ ਕੇ ਆਏ ਜੀ। ਇਸ ਤੋਂ ਪਹਿਲਾਂ ਇੱਕ ਪਾਰਟ ਪ੍ਰੋਵਾਈਡ ਕੀਤਾ ਸੀ ਜੋ 2016 ਵਿੱਚ ਪੰਜਾਬ ਟੈਟ ਹੋਇਆ ਸੀ, ਉਹਦੇ ਵਿੱਚ ਜੋ ਕੁਐਸਚਨ ਆਏ ਹੋਏ ਨੇ ਸੋਸ਼ਲ ਸਟੱਡੀ ਦੇ, ਇਹਦਾ ਸੈਕਿੰਡ ਪਾਰਟ ਹੈ। ਇਹਨਾਂ ਦੋ ਪਾਰਟਾਂ 'ਚ ਜੋ ਪ੍ਰਸ਼ਨ ਕੰਪਲੀਟ ਹੋਣਗੇ। ਸੋ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੀ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਹੈ ਜੋ ਮਿਲਦੀ ਰਹੇ। ਇਸ ਤੋਂ ਇਲਾਵਾ ਅਸੀਂ ਪੈਡਾਗੋਜੀ ਦੇ ਕੁਐਸਚਨ ਵੀ ਪ੍ਰੋਵਾਈਡ ਕਰ ਰਹੇ ਹਾਂ ਅਤੇ LDC ਕਲਰਕ ਇਹਦੀ ਵੀਡੀਓ ਹੈ ਜੋ ਕੰਟੀਨਿਊ ਪ੍ਰੋਵਾਈਡ ਕਰ ਰਹੇ ਹਾਂ। ਉਹ ਸਟਾਰਟ ਕਰਦੇ ਹਾਂ ਜੀ ਸੈਕਿੰਡ ਪਾਰਟ SST ਦਾ। ਪ੍ਰੀਵੀਅਸ ਕੁਐਸਚਨ ਨੇ ਜੋ 2016 ਦੇ ਐਗਜ਼ਾਮ ਵਿੱਚ ਆਏ ਹੋਏ ਨੇ। ਅਕਸਰ ਕੀ ਹੁੰਦਾ ਹੈ ਜੋ ਪੰਜਾਬ ਟੈਟ ਵਿੱਚ ਜੋ ਵੀ ਪ੍ਰੀਵੀਅਸ ਐਗਜ਼ਾਮ ਹੋਏ ਨੇ ਜਾਂ ਪਹਿਲਾਂ ਵਾਲੇ ਐਗਜ਼ਾਮ ਹੋਇਆ ਪੰਜਾਬ ਟੈਟ ਦਾ, ਉਹਦੇ ਵਿੱਚ ਉਹ ਜ਼ਿਆਦਾਤਰ ਪੇਪਰ ਆਉਂਦਾ ਹੈ। ਇਸ ਕਰਕੇ ਅਸੀਂ ਪਹਿਲਾਂ ਇਹ ਪਾਰਟ ਹੈ ਜੋ ਪ੍ਰੋਵਾਈਡ ਕਰ ਰਹੇ ਹਾਂ। 126ਵਾਂ ਪ੍ਰਸ਼ਨ ਹੈ ਜੀ, ਸੌਰ ਮੰਡਲ ਵਿੱਚ ਅੰਦਰਲੇ ਗ੍ਰਹਿ ਸੂਰਜ ਦੇ ਬਹੁਤ ਨਜ਼ਦੀਕ ਹਨ ਅਤੇ ਉਹ ਚਟਾਨਾਂ ਦੇ ਬਣੇ ਹਨ, ਹੇਠ ਦਿੱਤੇ ਵਿੱਚੋਂ ਕਿਹੜਾ ਗ੍ਰਹਿ ਨਜ਼ਦੀਕ ਹੈ? ਆਪਸ਼ਨ 1 ਮੰਗਲ, ਆਪਸ਼ਨ 2 ਬ੍ਰਹਿਸਪਤੀ, ਆਪਸ਼ਨ 3 ਸ਼ਨੀ, ਆਪਸ਼ਨ 4 ਯੂਰੇਨਸ। ਤਾਂ ਉਹ ਗ੍ਰਹਿ ਹੈ ਜੀ ਆਪਸ਼ਨ 1 ਮੰਗਲ। ਆਨਸਰ ਤੁਸੀਂ ਕਮੈਂਟ ਵਿੱਚ ਵੀ ਦੱਸ ਸਕਦੇ ਹੋ ਕਿ ਕਿੰਨੇ ਤੁਹਾਡੇ ਸਹੀ ਜਾਂਦੇ ਹੈ ਜਾਂ ਕਿੰਨੇ ਗਲਤ, ਕਮੈਂਟ ਜ਼ਰੂਰ ਕਰਨਾ। ਅਗਲਾ ਪ੍ਰਸ਼ਨ ਹੈ ਜੀ, ਸੌਰ ਮੰਡਲ ਵਿੱਚ ਤਾਰੇ, ਗ੍ਰਹਿ ਅਤੇ ਉਪਗ੍ਰਹਿ ਉਸਦਾ ਹਿੱਸਾ ਹਨ। ਬਹੁਤ ਸਾਰੇ ਛੋਟੇ ਪਿੰਡ ਵੀ ਸੂਰਜ ਦੁਆਲੇ ਘੁੰਮਦੇ ਹਨ। ਇਹਨਾਂ ਛੋਟੇ ਪਿੰਡਾਂ ਨੂੰ ਲਘੂ ਗ੍ਰਹਿ ਕਿਹਾ ਜਾਂਦਾ ਹੈ। ਇਹ ਮਿਲਦੇ ਹਨ, ਇਹ ਦੱਸਣਾ ਜੀ ਕਿੱਥੇ ਮਿਲਦੇ ਆ ਇਹ। ਪਹਿਲੀ ਆਪਸ਼ਨ ਹੈ ਧਰਤੀ ਦੀ ਧੂਰੀ ਅਤੇ ਮੰਗਲ ਵਿਚਕਾਰ, ਸ਼ੁੱਕਰ ਦੀ ਧੂਰੀ ਅਤੇ ਧਰਤੀ ਵਿਚਕਾਰ, ਬ੍ਰਹਿਸਪਤੀ ਦੀ ਧੂਰੀ ਅਤੇ ਸ਼ਨੀ ਵਿਚਕਾਰ, ਜਾਂ ਮੰਗਲ ਦੀ ਧੂਰੀ ਅਤੇ ਬ੍ਰਹਿਸਪਤੀ ਵਿਚਕਾਰ। 127ਵਾਂ ਪ੍ਰਸ਼ਨ ਹੈ ਅਤੇ ਇਹਦਾ ਆਂਸਰ ਹੈ ਜੀ ਆਪਸ਼ਨ 4 ਮੰਗਲ ਦੀ ਧੂਰੀ ਅਤੇ ਬ੍ਰਹਿਸਪਤੀ ਵਿਚਕਾਰ ਹੈ ਜੋ ਇਹ ਮਿਲਦੇ ਨੇਗੇ, ਜਿਨ੍ਹਾਂ ਨੂੰ ਲਘੂ ਗ੍ਰਹਿ ਕਿਹਾ ਜਾਂਦਾ ਜਾਂ ਲਘੂ ਗ੍ਰਹਿ ਮਿਲਦੇ ਨੇ ਇਹਨਾਂ ਦੇ ਵਿਚਕਾਰ। ਪ੍ਰਸ਼ਨ 128, ਨਿਰੀਖਣ ਦੇ ਖੇਤਰ ਵਿੱਚ ਕਿਹੜੀ ਸਟੇਜ ਪਹਿਲੀ ਹੈ? ਉਦੇਸ਼, ਸਮੱਸਿਆਵਾਂ ਦਾ ਵਿਸ਼ਲੇਸ਼ਣ, ਸੰਭਾਵਨਾ, ਸੰਦ ਅਤੇ ਤਕਨੀਕ। ਨਿਰੀਖਣ ਦੇ ਖੇਤਰ ਵਿੱਚ ਪੁੱਛਿਆ ਗਿਆ ਸੀ ਕਿ ਕਿਹੜੀ ਸਟੇਜ ਪਹਿਲੀ ਹੁੰਦੀ ਹੈ, ਤਾਂ ਉਹ ਹੁੰਦੀ ਹੈ ਜੀ ਆਪਸ਼ਨ 2 ਸਮੱਸਿਆਵਾਂ ਦਾ ਵਿਸ਼ਲੇਸ਼ਣ। ਪ੍ਰਸ਼ਨ 129, ਮੱਧਿਅਮ ਰੇਖਾ ਦੇ ਬਾਰੇ ਕਿਹੜਾ ਕਥਨ ਹੈ ਜੋ ਸਹੀ ਨਹੀਂ ਹੈ? ਇਹ ਉਸ ਥਾਂ ਤੋਂ ਲੰਘਦੀ ਹੈ ਜਿੱਥੇ ਸ਼ਾਹੀ ਬ੍ਰਿਟਿਸ਼ ਅਵਲੋਕਨਸ਼ਾਲਾ ਸਥਿਤ ਹੈ, ਜਾਂ ਨੰਬਰ 2 ਇਹ ਧਰਤੀ ਨੂੰ 2 ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ, ਉੱਤਰੀ ਗੋਲਾਰਧ ਅਤੇ ਦੱਖਣੀ ਗੋਲਾਰਧ, ਨੰਬਰ 3 ਇਸ ਦਾ ਮਾਨ ਲੰਗੀਟਿਊਡ 0 ਡਿਗਰੀ ਹੈ, ਜਾਂ ਨੰਬਰ 4 ਇਸ ਦਾ ਵਿਸਤਾਰ 180 ਡਿਗਰੀ ਪੂਰਬ ਵੱਲ ਅਤੇ 180 ਹੀ ਪੱਛਮ ਵੱਲ ਹੈ। ਮੱਧਿਅਮ ਰੇਖਾ ਬਾਰੇ ਇਹਨਾਂ 4 ਕਥਨਾਂ 'ਚੋਂ ਇਹ ਕਥਨ ਦੱਸਣਾ ਹੈ ਕਿ ਕਿਹੜਾ ਸਹੀ ਨਹੀਂ ਹੈ। ਤਾਂ ਹੈ ਜੀ ਆਪਸ਼ਨ 2, ਇਹ ਧਰਤੀ ਨੂੰ 2 ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ, ਉੱਤਰੀ ਗੋਲਾਰਧ ਅਤੇ ਦੱਖਣੀ ਗੋਲਾਰਧ, ਇਹ ਕਥਨ ਹੈ ਜੋ ਮੱਧਿਅਮ ਰੇਖਾ ਬਾਰੇ ਸਹੀ ਨਹੀਂ ਹੈ। ਪ੍ਰਸ਼ਨ 130, ਕੁਦਰਤੀ ਬਨਸਪਤੀਆਂ ਦੀ ਪੈਦਾਵਾਰ ਇੱਥੇ ਬਹੁਤ ਸੀਮਿਤ ਹੈ, ਇਹ ਸਿਰਫ ਕਾਈ, ਕਾਬਕ ਅਤੇ ਬਹੁਤ ਛੋਟੀਆਂ ਝਾੜੀਆਂ ਹੀ ਮਿਲਦੀਆਂ ਹਨ। ਇਹ ਸਾਰੀਆਂ ਬਨਸਪਤੀਆਂ ਯੂਰਪ ਦੇ ਧਰੂਵੀ ਇਲਾਕਿਆਂ, ਏਸ਼ੀਆ, ਉੱਤਰੀ ਅਮਰੀਕਾ ਵਿੱਚ ਹਨ। ਜਾਨਵਰਾਂ ਦੀ ਮੋਟੀ ਚਮੜੀ ਅਤੇ ਫਿਰ ਉਹਨਾਂ ਨੂੰ ਠੰਡੇ ਮੌਸਮ ਤੋਂ ਬਚਾਉਂਦੀ ਹੈ, ਹੇਠ ਲਿਖਿਆ ਵਿੱਚੋਂ ਇਹ ਕਿਹੜੀ ਬਨਸਪਤੀ ਹੈ? ਰੇਗਿਸਤਾਨੀ ਬਨਸਪਤੀ, ਉਸ਼ਣ ਕਟਿਬੰਧੀ ਸਦਾਬਹਾਰ ਜੰਗਲ, ਸੀਤੋਸਨ ਘਾਹ ਦੇ ਮੈਦਾਨ, ਜਾਂ ਟੁੰਡਰਾ ਬਨਸਪਤੀ। ਅਤੇ ਬਨਸਪਤੀ ਹੈ ਜੀ ਆਪਸ਼ਨ 4 ਟੁੰਡਰਾ ਬਨਸਪਤੀ। ਪ੍ਰਸ਼ਨ 131, ਹੇਠ ਲਿਖਿਆ ਵਿੱਚੋਂ ਕਿਹੜਾ ਇੱਕ ਖੇਤੀਬਾੜੀ ਪ੍ਰਬੰਧ ਵਿੱਚ ਫਲ, ਸਬਜ਼ੀਆਂ ਅਤੇ ਫੁੱਲਾਂ ਦੇ ਉਗਾਉਣ ਬਾਰੇ ਵਿਸਤਾਰ ਦਿੰਦਾ ਹੈ? ਸਥਾਨਾਂਤਰਣ ਖੇਤੀ, ਰੋਪਣ, ਬਾਗਬਾਨੀ, ਜਾਂ ਸੰਘਣੀ ਖੇਤੀ। ਤਾਂ ਇਹ ਦਿੰਦਾ ਹੈ ਜੀ ਆਪਸ਼ਨ 3 ਬਾਗਬਾਨੀ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਵਾਧੇ ਦੀ ਦਰ ਸਭ ਤੋਂ ਜ਼ਿਆਦਾ ਹੁੰਦੀ ਹੈ ਜਦੋਂ?
ਇਲਾਕਾ ਜੋ ਖੇਤੀਬਾੜੀ ਦੇ ਇਸਤੇਮਾਲ ਵਿੱਚ ਨਹੀਂ ਹੁੰਦਾ। ਆਪਸ਼ਨ 2 ਇਲਾਕਾ ਜੋ ਬੰਜਰ ਅਤੇ ਜੰਗਲੀ ਹੈ। ਆਪਸ਼ਨ 3 ਇਲਾਕਾ ਜੋ ਖੇਤੀਬਾੜੀ ਯੋਗ ਪਰ ਬੰਜਰ ਹੈ। ਆਪਸ਼ਨ 4 ਚਰਾਈ ਅਤੇ ਰੁੱਖਾਂ ਦੇ ਉਗਾਉਣ ਦਾ ਇਲਾਕਾ। ਭਾਰਤ ਵਿੱਚ ਵਾਧੇ ਦੀ ਦਰ ਸਭ ਤੋਂ ਜ਼ਿਆਦਾ ਜਦੋਂ ਹੁੰਦੀ ਹੈ ਜਦੋਂ ਹੈ ਜੋ ਇਲਾਕਾ ਜੋ ਖੇਤੀਬਾੜੀ ਦੇ ਇਸਤੇਮਾਲ ਵਿੱਚ ਨਹੀਂ ਹੁੰਦਾ। ਆਪਸ਼ਨ 1 ਪ੍ਰਸ਼ਨ ਨੰਬਰ 133 ਹੇਠ ਲਿਖਿਆ ਵਿੱਚੋਂ ਕਿਹੜਾ ਰਾਸ਼ਟਰ ਡਾਟਾ ਫਾਰਮੈਟ ਲਈ ਲਾਭਕਾਰੀ ਨਹੀਂ ਹੈ? ਉੱਚ ਸਥਾਨਕ ਸੰਭਾਵਨਾਵਾਂ ਨੂੰ ਕੁਸ਼ਲਤਾ ਨਾਲ ਦਿਖਾਉਣਾ। ਨੰਬਰ 2 ਕਈ ਐਟਰੀਬਿਊਟਸ ਲਈ ਇੱਕ ਸਮਾਨ ਗ੍ਰਿਡ ਸੈਲੈਂਸ। ਨੰਬਰ 3 ਦੂਰ ਦਰਾਜ ਸੰਵੇਦੀ ਅਨੁਕੂਲਤਾ ਨਾਲ। ਨੰਬਰ 4 ਕੰਪੈਕਟ ਡਾਟਾ ਸਟਰਕਚਰ। ਇਹਦਾ ਆਂਸਰ ਹੈ ਜੀ ਆਪਸ਼ਨ ਨੰਬਰ 4 ਕੰਪੈਕਟ ਡਾਟਾ ਸਟਰਕਚਰ। ਪ੍ਰਸ਼ਨ ਨੰਬਰ 134 ਸੰਸਾਧਨ ਯੋਜਨਾ ਇੱਕ ਜਟਿਲ ਪ੍ਰਕਿਰਿਆ ਹੈ ਜਿਸ ਵਿੱਚ ਸ਼ਾਮਲ ਹਨ ਦੇਸ਼ ਦੇ ਅਲੱਗ ਅਲੱਗ ਪ੍ਰਾਂਤਾਂ ਵਿੱਚ ਸੰਸਾਧਨਾਂ ਦੀ ਪਛਾਣ ਕਰਨਾ, ਉਹਨਾਂ ਦੀ ਸੂਚੀ ਬਣਾਉਣਾ, ਇਸ ਕਾਰਜ ਵਿੱਚ ਖੇਤਰੀ ਸਰਵੇਖਣ ਮਾਨਚਿੱਤਰ ਬਣਾਉਣਾ ਅਤੇ ਸੰਸਾਧਨਾਂ ਦਾ ਗੁਣਾਤਮਕ ਅਤੇ ਮਾਤਰਾਤਮਕ ਅਨੁਮਾਨ ਲਗਾਉਣਾ ਅਤੇ ਮਾਪਣਾ। ਨੰਬਰ 2 ਸੰਸਾਧਨ ਵਿਕਾਸ ਸੰਬੰਧੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਤਕਨੀਕ, ਕੌਸ਼ਲ ਅਤੇ ਸੰਸਥਾਵਾਂ ਦੇ ਯੋਜਨਾਬੱਧ ਢਾਂਚੇ ਨੂੰ ਤਿਆਰ ਕਰਨਾ। ਨੰਬਰ 3 ਸੰਸਾਧਨ ਵਿਕਾਸ ਯੋਜਨਾਵਾਂ ਅਤੇ ਦੇਸ਼ ਦੀਆਂ ਵਿਕਾਸ ਯੋਜਨਾ ਵਿੱਚ ਸੰਬੰਧ ਬਣਾਉਣਾ। ਨੀਚੇ ਸਾਰਣੀ ਦਿੱਤੀ ਹੋਈ ਹੈ ਜੀ, ਕਿਹੜੇ ਸਹੀ ਨੇ? ਕੇਵਲ 1 ਜਾਂ ਨੰਬਰ 2 ਕੇਵਲ 1 ਅਤੇ 2, ਨੰਬਰ 3 ਕੇਵਲ 2 ਅਤੇ 3, ਜਾਂ ਨੰਬਰ 4 ਇਹ ਸਾਰੇ। ਇਹਦਾ ਆਂਸਰ ਹੈ ਜੀ ਆਪਸ਼ਨ ਨੰਬਰ 4, ਇਹ ਸਾਰੇ ਕਥਨ ਹੈ ਜੋ ਸਹੀ ਨੇ, ਯਾਨੀ ਕਿ ਤਿੰਨੋਂ ਕਥਨ ਹੈ ਜੋ ਸਹੀ ਨੇ। ਚਾਹ ਦੇ ਬਾਰੇ ਕਿਹੜਾ ਕਥਨ ਗਲਤ ਹੈ? ਇਸ ਦੇ ਪੱਤੇ ਕੈਫੀਨ ਅਤੇ ਟੈਨਨ ਨਾਲ ਭਰਪੂਰ ਹੁੰਦੇ ਹਨ। ਇਹ ਉੱਤਰੀ ਚੀਨ ਦੀਆਂ ਪਹਾੜੀਆਂ ਦੀ ਇੱਕ ਮੂਲ ਫਸਲ ਹੈ। ਇਹ ਪਹਾੜੀ ਖੇਤਰਾਂ ਵਿੱਚ ਉੱਬੜ ਖਾਬੜ ਜ਼ਮੀਨ 'ਤੇ ਉੱਗਦੀ ਹੈ। ਜਾਂ ਨੰਬਰ 4 ਭਾਰਤ ਵਿੱਚ 1842 ਵਿੱਚ ਅਸਾਮ ਦੀ ਬ੍ਰਹਮਪੁੱਤਰ ਘਾਟੀ ਵਿੱਚ ਹੈ ਜੋ ਚਾਹ ਉਗਾਉਣੀ ਸ਼ੁਰੂ ਕੀਤੀ ਗਈ ਸੀ। ਤਾਂ ਇਹ ਕਥਨ ਸਹੀ ਆਈ ਜੀ ਆਪਸ਼ਨ ਨੰਬਰ 4 ਭਾਰਤ ਵਿੱਚ ਹੈ ਜੋ 1842 ਵਿੱਚ ਅਸਾਮ ਦੀ ਜੋ ਬ੍ਰਹਮਪੁੱਤਰ ਘਾਟੀ ਹੈ ਇਹਦੇ ਵਿੱਚ ਚਾਹ ਉਗਾਉਣੀ ਸ਼ੁਰੂ ਕੀਤੀ ਗਈ ਸੀ। ਚਾਹ ਦੇ ਬਾਰੇ ਇਹ ਕਥਨ ਹੈ ਜੋ ਗਲਤ ਹੈ। ਪ੍ਰਸ਼ਨ ਨੰਬਰ 136 ਜਿਹੜੇ ਪ੍ਰਾਂਤ ਕਰਕ ਰੇਖਾ ਨੂੰ ਛੂੰਹਦੇ ਹਨ ਉਹਨਾਂ ਨੂੰ ਚੁਣੋ। ਗੁਜਰਾਤ, ਉੜੀਸਾ, ਪੱਛਮੀ ਬੰਗਾਲ। ਗੁਜਰਾਤ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਝਾਰਖੰਡ, ਤ੍ਰਿਪੁਰਾ। ਜਾਂ ਉੜੀਸਾ, ਝਾਰਖੰਡ, ਤ੍ਰਿਪੁਰਾ। ਤਾਂ ਉਹ ਪ੍ਰਾਂਤ ਨਹੀਂ ਜੀ ਆਪਸ਼ਨ ਨੰਬਰ 3 ਮੱਧ ਪ੍ਰਦੇਸ਼, ਝਾਰਖੰਡ ਅਤੇ ਤ੍ਰਿਪੁਰਾ। ਪ੍ਰਸ਼ਨ ਨੰਬਰ 137 ਦੁਨੀਆ ਦਾ ਸਭ ਤੋਂ ਤੇਜ਼ ਜ਼ਮੀਨ 'ਤੇ ਦੌੜਨ ਵਾਲਾ ਸਤਨਧਾਰੀ ਸਭ ਤੋਂ ਵਧੀਆ ਅਤੇ ਪ੍ਰਮੁੱਖ ਬਿੱਲ ਦੀ ਜਾਤੀ ਦਾ ਹਿੱਸਾ ਹੈ। 20ਵੀਂ ਸਦੀ ਤੋਂ ਪਹਿਲਾਂ ਚੀਤਾ ਵੱਡੇ ਪੈਮਾਨੇ ਅਮਰੀਕਾ ਅਤੇ ਏਸ਼ੀਆ ਵਿੱਚ ਮਿਲਦਾ ਸੀ। ਇਸ ਜਾਤੀ ਨੂੰ ਭਾਰਤ ਬਹੁਤ ਸਾਲ ਪਹਿਲਾਂ 1952 ਵਿੱਚ ਖਤਮ ਹੋਣ ਦੀ ਕਗਾਰ 'ਤੇ ਘੋਸ਼ਿਤ ਕੀਤਾ ਗਿਆ ਸੀ, ਜਿਸ ਕਾਰਨ ਏਸ਼ੀਆਈ ਚੀਤਾ ਖਤਮ ਹੋਣ ਦੀ ਕਗਾਰ 'ਤੇ ਹੈ। ਤਾਂ ਕਿਹੜਾ ਸੀਗਾ ਜੀ ਉਹ ਜਾਤੀ ਦੱਸਣੀ ਹੈ? ਆਲਮੀ ਤਪਸ, ਪ੍ਰਦੂਸ਼ਣ, ਸੰਸਾਧਨ ਸਥਾਨਾਂਤਰਨ ਅਤੇ ਆਸਰੇ ਜਾਂ ਭੋਜਨ ਦਾ ਘਟਨਾ। ਕਾਰਨ ਦੱਸਣਾ ਜੀ ਜਾਤੀ ਦੱਸਣੀ, ਕੀ ਕਾਰਨ ਹੋਇਆ ਸੀਗਾ ਜਿਹਦੇ ਨਾਲ ਇਹ ਚੀਤਾ ਖਤਮ ਹੋਣ ਦੇ ਕਗਾਰ 'ਤੇ ਹੈ। ਤਾਂ ਉਹ ਸੀਗਾ ਜੀ ਆਸਰੇ ਅਤੇ ਭੋਜਨ ਦਾ ਘਟਨਾ, ਆਪਸ਼ਨ ਨੰਬਰ 4। ਇੱਕ ਸੌ 138ਵਾਂ ਪ੍ਰਸ਼ਨ ਹੈ ਜੀ, ਹੇਠ ਲਿਖੇ ਕਥਨਾਂ 'ਤੇ ਧਿਆਨ ਦਿਓ ਅਤੇ ਸਭ ਤੋਂ ਸਹੀ ਉੱਤਰ ਚੁਣੋ। ਪੂਰੀ ਦੁਨੀਆ ਵਿੱਚ ਭਾਰਤ ਦਾਲਾਂ ਦਾ ਬਹੁਤ ਵੱਡਾ ਉਤਪਾਦਕ ਗਾਹਕ ਹੈ। ਇਹ ਸ਼ਾਕਾਹਾਰੀ ਭੋਜਨ ਵਿੱਚ ਪ੍ਰੋਟੀਨ ਦਾ ਮੁੱਖ ਸਰੋਤ ਹੈ। ਨੰਬਰ 2 ਇਹ ਦਾਲਾਂ ਸਿਰਫ ਖਰੀਫ ਦੇ ਮੌਸਮ ਵਿੱਚ ਉੱਗਦੀਆਂ ਹਨ। ਨੰਬਰ 3 ਦਾਲਾਂ ਜ਼ਿਆਦਾਤਰ ਦੂਜੀਆਂ ਫਸਲਾਂ ਨਾਲ ਵਾਰੀਆਂ ਵਿੱਚ ਹੈ ਜੋ ਉਗਾਈਆਂ ਜਾਂਦੀਆਂ ਨੇ। ਨੰਬਰ 4 ਦਾਲਾਂ ਨੂੰ ਵੱਧ ਨਮੀ ਚਾਹੀਦੀ ਹੈ, ਸੁੱਕੇ ਮੌਸਮ ਵਿੱਚ ਇਹ ਉਗਾਈਆਂ ਨਹੀਂ ਜਾ ਸਕਦੀਆਂ। ਨੰਬਰ 5 ਭਾਰਤ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਕਰਨਾਟਕ ਵੱਧ ਦਾਲਾਂ ਉਗਾਉਣ ਵਾਲੇ ਪ੍ਰਾਂਤ ਹਨ। ਅਤੇ ਇਹਦਾ ਆਂਸਰ ਹੈ ਜੀ ਆਪਸ਼ਨ ਨੰਬਰ 2 ਪਹਿਲਾ ਅਤੇ ਤੀਜਾ ਅਤੇ ਪੰਜਵਾਂ ਸਹੀ ਨੇ, ਯਾਨੀ ਕਿ ਪੰਜਵਾਂ ਸੀਗਾ ਜਿਵੇਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਭਾਰਤ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਮਹਾਰਾਸ਼ਟਰ ਵੱਧ ਦਾਲਾਂ ਉਗਾਉਣ ਵਾਲੇ ਪ੍ਰਾਂਤ ਨੇ। ਇਸ ਤੋਂ ਇਲਾਵਾ ਜੋ ਪਹਿਲਾ ਆਇਆ ਸੀਗਾ ਉਹ ਸੀਗਾ
पूरी दुनिया में भारत दालों का बहुत बड़ा उत्पादक गाहक है। तीजा सी दालां ज़्यादातर दूजिया फसलों बारियों में उगाई जाती हैं। 139वां प्रश्न है जी, स्वीडिश माहिर फाल्कन मार्क अनुसार पानी का दबाव उदों हरकत में आता है जदों पानी की उपलब्धता घट हो। 500 घन मीटर प्रति आदमी प्रति दिन, 1000 घन मीटर, 1500 घन मीटर या 2000 घन मीटर। तो ये क्वेश्चन तो है जी जो ग्रेस मिली सी 139वें, तो सारे एक नंबर मिला सी क्योंकि एक क्वेश्चन सही नहीं सीगा। हेठ लिखे कथनों नूं ध्यान में रख के सही उत्तर चुनो। भारत वक्रे वक्रे खनिज संसाधनों पक्षों काफ़ी अमीर है। भारत में खनिजा के निर्माण में वक्रा वक्रा समा अते भूगोलिक ढांचा अते क्रिया शामिल है। तो इहदा आंसर है जी पहला, एक ते दोवें सही हन अते जो पहली ऑप्शन है दो दा कारण है। प्रश्न नंबर 141, हेठ लिखे विचों केड़ी विधि नेम अते सिद्धांत विद्यार्थियों नूं दिता जावे तां जो वह उदाहरण सहित अपने आप नूं सिद्ध कर सकन। आगमन विधि, निगमन विधि, निरीखण विधि या तुलनात्मक विधि। तो वह विधि है जी ऑप्शन नंबर 2, निगमन विधि। प्रश्न नंबर 142, समाज शास्त्र की कल्पना सब तो पहला किसने की सी? अगस्ते कामते ने, इमाइल दुरखीम ने, कार्ल पापर ने या डेविड ईस्टन ने? समाज शास्त्र की कल्पना दसना है सब तो पहला किसने की सी? तो की सी जी अगस्ते कामते ने। प्रश्न नंबर 143, समाज ज्ञान की जमात के संदर्भ में असी मानते हैं कि समाज संस्कृति वर्ग का भेद वाइस करता है। हेठ लिखे विचों इस स्थिति विच केड़ी अध्यापन विधि पढ़ाने लई होनी चाहिए है? ऑप्शन 1, अध्यापन खुलेपन वाला होना चाहिए है। ऑप्शन 2, अध्यापक नूं भिन्नता की चर्चा तो बचना चाहिए है। ऑप्शन 3, अध्यापक नूं पिछड़ी जात के विद्यार्थियों नूं वक्खरा पढ़ाना चाहिए है। ऑप्शन 4, अध्यापक नूं किसी भी तरह की जात अते धर्म की वहस नूं पैदा नहीं होने देना चाहिए। तो इहदा आंसर है जी ऑप्शन 1, अध्यापन खुलेपन वाला होना चाहिए है। प्रश्न नंबर 144, कुलाविन कीनियन कमीशन रिपोर्ट 1850-1914 के अनुसार हेठ लिखे विचों किसनों समाजक विज्ञान नहीं मनना जा मनिया जाना चाहिंदा? मानव शास्त्र, समाज शास्त्र, मनोविज्ञान या अर्थशास्त्र? तो वह जी ऑप्शन नंबर 3, मनोविज्ञान नूं। हेठ लिखे विचों किस नूं समाजिक विज्ञान की सदी कहा जाता है? 18वीं सदी, 19वीं, 20वीं या 21वीं? समाज विज्ञान की सदी किस सदी नूं कहा जाता है? तो कहा जाता है जी 20वीं सदी नूं, ऑप्शन नंबर 3। प्रश्न नंबर 146, समाज विज्ञान के विषय संबंधी यह मनिया जाता है कि इस द्वारा दित्ती गई जानकारी का संबंध साडे रोजाना जीवन दीयां सच्चाइयां नाल नहीं है। हेठ दित्ते गए अध्यापन तरीके की इस विचारधारा नूं तोड़न विच सहायक सिद्ध होणगे? उह तरीका दसना जी कहानी सुनाउण दी तकनीक, समुदायक साधन तकनीक, पाठ पुस्तक तकनीक या प्रश्न उत्तर तकनीक। इहदा आंसर है ऑप्शन नंबर 2, समुदायक साधन तकनीक। 2016 का प्रीवियस एग्जाम है जी पंजाब टेट का, SST दे क्वेश्चन ने, ज़्यादा औखा भी नहीं तुसी कह सकते, पर क्वेश्चन है जो बहुत लोंग पूछे गए ने। किसी की समझ बनाने लई नैशनल करिकुलम फ्रेमवर्क 2005 द्वारा हेठ दित्ते विचों किसनों महत्वपूर्ण मनिया गया है? केवल पाठ पुस्तक ही साधन है या नंबर 2, पाठ पुस्तक मात्र एक साधन है बिना पाठ पुस्तक दे जमात, या नंबर 4, पाठ पुस्तक इच्छा अनुसार होवे? तो आंसर है जी ऑप्शन नंबर 2, पाठ पुस्तक मात्र एक साधन है। प्रश्न
ਪ੍ਰਸ਼ਨ ਨੰਬਰ 148 ਬਿਨਾਂ ਬੋਝ ਦੇ ਸਿੱਖਿਆ ਇਸ ਰਿਪੋਰਟ ਦੁਆਰਾ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸਿਫਾਰਸ਼ ਕੀਤੀ ਗਈ ਹੈ ਵਿਸ਼ਲੇਸ਼ਣ ਬਿਨਾਂ ਕਿਸੇ ਸਿੱਖਿਆ ਦੀ ਬੋਝ ਤੋਂ ਧਾਰਨਾਵਾਂ ਦੇ ਬਦਲੇ ਸਮਾਜਿਕ ਅਤੇ ਰਾਜਨੀਤਿਕ ਸੱਚਾਈਆਂ ਨੂੰ ਪਰਖਣਾ ਸਪੂਰਤਾ ਦੀ ਥਾਂ 'ਤੇ ਧਾਰਨਾਵਾਂ ਨੂੰ ਕੇਂਦਰਿਤ ਕਰਨਾ ਭਵਿੱਖ ਦੇ ਉਦੇਸ਼ਾਂ ਨੂੰ ਨਾ ਸੋਚਦੇ ਹੋਏ ਗਿਆਨ ਪ੍ਰਾਪਤ ਕਰਨਾ ਤਾਂ ਹੈ ਜੀ ਆਪਸ਼ਨ ਨੰਬਰ 2 ਧਾਰਨਾਵਾਂ ਦੇ ਬਦਲੇ ਸਮਾਜਿਕ ਅਤੇ ਰਾਜਨੀਤਿਕ ਸੱਚਾਈਆਂ ਨੂੰ ਪਰਖਣਾ ਪ੍ਰਸ਼ਨ ਨੰਬਰ 149 ਹੇਠ ਲਿਖਿਆਂ ਵਿੱਚੋਂ ਕਿਹੜੇ ਮੁਲਾਂਕਣ ਵਿਦਿਆਰਥੀਆਂ ਦੀ ਸਿਖਲਾਈ ਦੀ ਤਰੱਕੀ ਅਤੇ ਮੱਧ ਕੋਰਸ ਸੁਧਾਰ ਦੀ ਯੋਜਨਾ ਨੂੰ ਦਰਸਾਉਂਦੇ ਨੇ ਫਾਰਮੈਟਿਵ ਮੁਲਾਂਕਣ ਸਮਾਮੈਟਿਵ ਮੁਲਾਂਕਣ ਮੁੱਲਾਂ ਸੰਬੰਧੀ ਮੁਲਾਂਕਣ ਜਾਂ ਅੰਤਿਮ ਮੁਲਾਂਕਣ ਤਾਂ ਹੈ ਜੀ ਆਪਸ਼ਨ ਨੰਬਰ 1 ਫਾਰਮੈਟਿਵ ਮੁਲਾਂਕਣ ਪ੍ਰਸ਼ਨ ਨੰਬਰ 150 ਸਮਾਜਿਕ ਵਿਗਿਆਨ ਦੀ ਚੇਤਨਤਾ ਕੋਈ ਸਰਲ ਪ੍ਰਕਿਰਿਆ ਨਹੀਂ ਹੈ ਵੈਗਨਰ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਮੁੱਦਾ ਸਮਾਜਿਕ ਵਿਗਿਆਨ ਨਾਲ ਵਿਰੋਧ ਨਹੀਂ ਕਰਦਾ ਤਾਰਕਿਕਤਾ ਉਪਯੋਗਤਾ ਜੀਵਿਕਾ ਕੇਂਦਰਿਤ ਜਾਂ ਢਾਂਚਾ ਤਾਂ ਹੈ ਜੀ ਆਪਸ਼ਨ ਨੰਬਰ 3 ਜੀਵਿਕਾ ਕੇਂਦਰਿਤ ਸੋ ਦੋਸਤੋ ਇਹ 2016 ਪੰਜਾਬ ਟੈਟ ਹੋਇਆ ਸੀ ਉਹਦੇ ਪ੍ਰੀਵੀਅਸ ਕੁਐਸਚਨ ਸੀ ਜੋ ਤੁਹਾਨੂੰ ਦੋ ਪਾਰਟਾਂ ਵਿੱਚ ਅਸੀਂ ਪ੍ਰੋਵਾਈਡ ਕੀਤੇ ਨੇ ਅਗਲਾ ਜੋ ਪੰਜਾਬ ਟੈਟ ਹੈ ਉਹਦੇ ਤੁਹਾਨੂੰ ਅਸੀਂ ਹੈ ਜੋ ਕੁਐਸਚਨ ਪ੍ਰੋਵਾਈਡ ਕਰਾਂਗੇ ਪਹਿਲਾਂ ਜੋ ਵੀ ਹੁਣ ਤੱਕ ਪੰਜਾਬ ਟੈਟ ਹੋਇਆ ਪੈਡਾਗੋਜੀ ਅਤੇ SST ਦੇ ਸੋ ਵੀਡੀਓ ਨੂੰ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਅਗਲੇ ਕੁਐਸਚਨ ਜਲਦੀ ਲੈ ਕੇ ਆਵਾਂਗੇ ਜੀ ਧੰਨਵਾਦ